ਇੱਕ 20 ਲੱਖ ਦਾ ਟਰੈਕਟਰ ਹੈ ਉਹ ਤੁਹਾਨੂੰ 6 ਲੱਖ ਚ ਮਿਲੇ ਚੋਰੀ ਫਿਰ ਕੁਰਾ ਅੰਦਾਜ਼ੀ ਕਰਨੀ ਪਏਗੀ ਨਾ ਉਹ ਤੇ ਹਰ ਬੰਦਾ ਕਹੇਗਾ 20 ਵਾਲਾ ਟਰੈਕਟਰ ਮਨੂੰ 6 ਲੱਖ ਚ ਮਿਲ ਗਿਆ ਉਹਨੇ ਇੱਕ ਮદાન ਲੱਗ ਗਿਆ ਜਿਹੜਾ ਹੀ ਮੈਂ ਚਾਹਨਾ ਸੀ ਨਾ ਕਿ ਮદાન ਲੱਗੇ ਉਹ ਮદાન ਲੱਗ ਗਿਆ ਮੈਂ ਕਿਹਾ ਸੀ ਮਿਲਤ ਵੀ ਹੁਣਾਸ ਤੋਂ ਬਿਹਤਰ ਬਣਾਏਗੀ ਤੇ ਦੇਖੋ ਮਿਲਤ ਨੇ ਉਸ ਤੋਂ ਬਿਹਤਰ ਬਣਾਇਆ ਬਣਾਇਆ ਜੀ ਮੈਂ ਕਿਹਾ ਸੀ ਹੁਣਾ ਆ ਗਿਆ ਤੇ ਇਸ ਤੋਂ ਬਿਹਤਰ ਕੰਪਨੀ ਆਏਗੀ ਤੇ ਉਸ ਤੋਂ ਬਿਹਤਰ ਆ ਗਈ ਆ ਗਈ ਹੁਣ ਉਸ ਤੋਂ ਬਿਹਤਰ ਹੁਣ ਇਹਨਾਂ ਨੂੰ ਵੀ ਬਿਹਤਰ ਨਾਲ ਮੈਂ ਨਾ ਕਿਹਾ ਵੀ ਕਿਹਾ ਸੀ ਕਿ ਹੁਣ ਇਹਨਾਂ ਨੂੰ ਵੀ ਬਿਹਤਰ ਕਰਨਾ ਪਏਗਾ ਤੇ ਆ ਵੀ ਬਿਹਤਰ ਕਰਨ ਪ੍ਰਾਈਵਲ ਅਨਬੈਲੈਂਸ ਹੋਏ ਹੋਰ ਨਾ ਕ੍ਰੈਂਕ ਟੁੱਟ ਜਾਂਦੀ ਹੈ ਪ੍ਰੈਸ਼ਰ ਪਲੇਟ ਅਨਬੈਲੈਂਸ ਹੋਏ ਹੋਰ ਨਾ ਕ੍ਰੈਂਕ ਟੁੱਟ ਜਾਂਦੀ ਹੈ ਇੰਜਨ ਦੇ ਚੱਕਰ ਤੁਸੀਂ ਘਟਾ ਦਿਓ ਔਰ ਨਾਲ ਕ੍ਰੈਂਕ ਟੁੱਟ ਜਾਂਦੀ ਪੰਪ ਅਡਵਾਂਸ ਹੋਏ ਔਰ ਕ੍ਰੈਂਕ ਟੁੱਟ ਜਾਂਦੀ ਹੁਣ ਇਹ ਮੈਂ ਤੁਹਾਨੂੰ ਇਹ ਦਿਹਾਏਗਾ ਇਹਦੇ ਵਿੱਚੋਂ ਜਿਹੜੇ ਪਿਸਟਨ ਨਿਕਲੇ ਦੋ ਪਿਸਟਨ ਜਿਹੜੇ ਚਾਰ ਰਿੰਗ ਵਾਲੇ ਇੱਕ ਪਿਸਟਨ ਪੰਜ ਰਿੰਗ ਵਾਲਾ ਅਸਲਾਮੁਅਲੈਕਮ ਦੋਸਤੋ ਆਪਣਾ ਚੈਨਲ ਪੀਕੇ YouTube ਚੈਨਲ ਜਿ ਕੋ ਸ਼ਾਮਦਿੱਤ ਕਰਨੇ ਜੀ ਸਾਰੇ ਭਰਾਵਾਂ ਨੂੰ ਅੱਜ ਮੌਜੂਦ ਆ ਜੀ ਨਦੀਮ ਬਦਰ ਆਟੋ ਇੰਜੀਨੀਅਰਿੰਗ ਬੜਕੀ ਰੋਲ ਲੋੜ ਕਾਫੀ ਦੋਸਤ ਕਹਿ ਰਹੇ ਜੀ ਐਟੀਐਸ ਬਾਰੇ ਕੋਈ ਗੱਲਬਾਤ ਨਹੀਂ ਆ ਰਹੀ ਤੇ ਕਹ ਰਹੇ ਜੀ ਨਦੀਮ ਸਾਹਿਬ ਵੀ ਕੋਈ ਗੱਲਬਾਤ ਨਹੀਂ ਕਰਦੇ ਪਏ ਏਟੀਐਸ ਦਾ ਕੀ ਪ੍ਰੋਗਰਾਮ ਵੜ ਗਿਆ ਜਾਂ ਕੀ ਗੱਲ ਬਣਿਆ ਕੰਪਨੀ ਕੋਈ ਅਪਡੇਟ ਵਗੈਰਾ ਨਹੀਂ ਆ ਰਹੀ ਉਸ ਵਾਰੇ ਨਾਲ ਵੀ ਗੱਲਬਾਤ ਕਰਾਂਗੇ ਇਸ ਇਲਾਵਾ ਜਿਹੜੇ ਹਕੂਮਤ ਦੇ ਪਾਕਿਸਤਾਨ ਹਕੂਮਤ ਦੇ ਪੰਜਾਬ ਜਿਹੜੀ ਗ੍ਰੀਨ ਟਰੈਕਟਰ ਸਕੀਮ ਕੱਢਦੀ ਪਈ ਏ ਉਹਦੇ ਵਾਰੇ ਨਾਲ ਵੀ ਡਿਟੇਲ ਵਗੈਰਾ ਦਿੰਨੇ ਆ ਜੀ ਵੀਡੀਓ ਦੋਸਤੋ ਐਂਡ ਤੱਕ ਦੇਖਣੀ ਹੈ ਲਾਈਕ ਸ਼ੇਅਰ ਲਾਜ਼ਮੀ ਕਰ ਦੇਣਾ ਨਦੀਮ ਸਾਹਿਬ ਸਾਡੇ ਨਾਲ ਮੌਜੂਦ ਨੇ مزید ਇਹਨਾਂ ਨਾਲ ਗੱਲਬਾਤ ਕਰਦੇ ਆਂ ਅਸਲਾਮੁਅਲੈਕਮ ਜੀ ਵਾਲੇਕਮ ਸਲਾਮ ਜੀ ਨਦੀਮ ਸਾਹਿਬ ਕੀ ਹਾਲ ਹੈ ਠੀਕ ਠਾਕ ਹੋ ਸ਼ੁ ਪਹਿਲਾਂ ਸਭ ਤੋਂ ਇਹ ਸਾਨੂੰ ਇਹ ਦੱਸੋ ਜੀ ਜਿਹੜੀ ਨਵੀਂ ਸਕੀਮ ਆਉਣ ਲੱਗੀ ਹੈ ਜੀ ਗ੍ਰੀਨ ਟਰੈਕਟਰ ਆ ਵੀ ਆ ਦੇਖੋ ਜੀ ਗ੍ਰੀਨ ਟਰੈਕਟਰ ਆਇਆ ਹੋਇਆ ਜਿਹੜੇ ਪਹਿਲੇ ਪੰਜਾਬ ਹਕੂਮਤ ਨੇ ਗ੍ਰੀਨ ਟਰੈਕਟਰ ਦਿੱਤੇ ਸੀ ਜਿਹੜੇ ਬੜੀ ਥੋੜੀ ਕੀਮਤ ਚ ਦਿੱਤੇ ਸੀ ਹਮ ਠੀਕ ਹੈ ਆ ਉਹਨਾਂ ਚੋਂ ਹੀ ਹੈ ਤੇ ਆ ਮੇਰੇ ਸਾਹ 2012 ਚ ਦਿੱਤੇ ਸੀ اچھا ਤੇ ਆ ਗ੍ਰੀਨ ਟਰੈਕਟਰ ਸਕੀਮ ਚ ਹੁਣ ਵੀ ਗ੍ਰੀਨ ਟਰੈਕਟਰ ਸਕੀਮ ਆ ਰਹੀ ਹੈ ਉਹਦੇ ਵਿੱਚ ਕਹਿ ਰਹੇ ਕਿ ਤੁਸੀਂ ਆਪਣਾ شناختੀ ਕਾਰਡ ਦਾ ਜਿਹੜਾ ਨੰਬਰ ਉਹ ਪੀ ਕੇ ਸੀ 8070 ਤੇ ਮੈਸੇਜ ਕਰੋ ਜੀ ਜੀ ਤੇ ਉਹ ਤੁਹਾਡਾ ਕਿਸਾਨ ਕਾਰਡ ਬਣ ਜਾਏਗਾ ਕਿਸਾਨ ਕਾਰਡ ਭੇਜ ਜਾਵੇ ਮੈਸੇਜ ਤੁਹਾਨੂੰ ਰਿਪਲਾਈ ਮਿਲੇਗਾ ਤੇ ਉਹ ਰਿਪਲਾਈ ਮੈਸੇਜ ਲੈ ਕੇ ਤੁਸੀਂ ਪੰਜਾਬ ਬੈਂਕ ਜਾਓ ਤੇ ਜਾ ਕੇ ਤੇ ਤੁਸੀਂ ਆਪਣਾ ਪੰਜਾਬ ਬੈਂਕ ਚ ਕਿਸਾਨ ਦੋਸਤ ਕਿਸਾਨ ਦੋਸਤ ਜਿਹੜਾ ਹੈਗਾ ਨਾ ਕਾਉਂ ਕੋਲਵਾ ਲਓ ਉਹਰੇ ਵਿੱਚ ਤੁਹਾਡਾ ਕਿਸਾਨ ਕਾਰਡ ਬਣ ਜਾਏਗਾ ਉਹ ਕਿਸਾਨ ਕਾਰਡ ਦੇ ਨਾਲ ਹੀ ਫਿਰ ਪਤਾ ਨਹੀਂ ਇਹ ਕੁਰਾ ਅੰਦਾਜ਼ੀ ਕਰਦੇ ਆ ਕੀ ਕਰਦੇ ਆ ਕਿ ਵੈਸੇ ਜਿੰਨੇ ਕਿਸਾਨ ਅਪਲਾਈ ਕਰਦੇ ਆ ਵੈਸੇ ਲੱਗਦਾ ਨਹੀਂ ਹੈ ਕਿ ਸਭ ਨੂੰ ਮਿਲੇਗਾ ਲੇਕਿਨ ਮੇਰਾ ਖਿਆਲ ਹੈ ਕਿ ਕੁਰਾ ਅੰਦਾਜ਼ੀ ਹੋਏਗੀ ਕੁਰਾ ਅੰਦਾਜ਼ੀ ਕਿਉਂਕਿ ਬੇਸ਼ੁਮਾਰ ਲੋਕ ਦੇਖੋ ਇੱਕ 20 ਲੱਖ ਦਾ ਟਰੈਕਟਰ ਹੈ ਉਹ ਤੁਹਾਨੂੰ 6 ਲੱਖ ਚ ਮਿਲੇ ਚੋਰੀ ਫਿਰ ਕੁਰਾ ਅੰਦਾਜ਼ੀ ਕਰਨੀ ਪਏਗੀ ਨਾ ਉਹ ਤੇ ਹਰ ਬੰਦਾ ਕਹੇਗਾ ਵੀ ਆਲਾ ਟਰੈਕਟਰ ਮੈਨੂੰ 6 ਲੱਖ ਚ ਮਿਲ ਜਾਏ ਤੇ ਜਿਹੜਾ ਰਨਾਕ ਲੈਂਦੇ 38 ਲੱਖ ਦਾ ਟਰੈਕਟਰ ਆ ਜਾਂ 35 34 ਲੱਖ ਦਾ ਟਰੈਕਟਰ ਆ 34 ਲੱਖ ਦਾ ਤਾਂ ਕਿੰਨਾ ਹੋ ਗਿਆ 34 ਦਾ 15 ਤੇ 16 17 17 ਲੱਖ ਉਹ 34 ਲੱਖ ਵਾਲਾ ਟਰੈਕਟਰ ਤੁਹਾਨੂੰ 17 ਲੱਖ ਚ ਮਿਲ ਜਾਏ ਤੋ ਤੇ ਹਰ ਪਾਕਿਸਤਾਨੀ ਕਹੇਗਾ ਮੈਨੂੰ ਮਿਲ ਜਾਏ ਫਿਰ ਜ਼ਾਰੀ ਗੱਲ ਹੈ ਉਹਦੀ ਫਿਰ ਮੇਰਾ ਖਿਆਲ ਹੈ ਮੇਰਾ ਜ਼ਾਤੀ ਅੰਦਾਜ਼ਾ ਹੈ ਕੋਈ ਕੋ ਕੋਰਾ ਅੰਦਾਜ਼ੀ ਹੋਏਗੀ ਲੇਕਿਨ ਹੇ ਇਹ 에ਰਾ ਪਤਾ ਨਹੀਂ ਲੱਗਾ ਲੇਕਿਨ ਆ ਮੈਂ ਦੁਬਾਰਾ ਦਾਰਾ ਹਦਵਾ ਕਿ ਕਿਸਰਾ ਕਰਨਾ ਤੁਸੀਂ ਪੀ ਕੇ ਸੀ ਲਿਖ ਕੇ 80 70 ਤੇ ਆਪਣਾ شناختی کارڈ ਮੈਸੇਜ ਕਰਨਾ ਹਾਂਜੀ ਜੇ ਮੈਸੇਜ ਕਰੋਗੇ ਤੇ ਤੁਹਾਨੂੰ ਮੈਸੇਜ ਰਿਪਲਾਈ ਮਿਲੇਗਾ ਉਹ ਮੈਸੇਜ ਲੈ ਕੇ ਤੁਸੀਂ ਪੰਜਾਬ ਬੈਂਕ ਜਾ ਕੇ ਆਪਣਾ ਕਿਸਾਨ ਦੋਸਤ ਕਾਰਡ ਬਨਵਾ ਲੈਣ ਬਿਲਕੁਲ ਔਰ ਫਿਰ ਉਹਰੇ ਵਿੱਚ ਜਿਹੜੇ ਉਹ ਕਿਸਾਨ ਦੋਸਤ ਚ ਹੋਣਗੇ ਅੱਛਾ ਰੰਦੀਮ ਸਾਹਿਬ ਇਹ ਵੀ ਗ੍ਰੀਨ ਟਰੈਕਟਰ ਹੈ ਇਹ ਕਿੰਨੇ ਮਾਡਲ ਹੈ ਮੇਰਾ ਖਿਆਲ ਆ 2012 ਮਾਡਲ ਹੈ ਆ ਦੇਖੋ ਲਿਖਿਆ ਹੋਇਆ 12 ਆ 12 ਮਾਡਲ ਹੈ ਆ 12 ਆ 12ਵੇਂ ਦੇ 12ਵੇਂ ਮਹੀਨੇ ਚ ਨਿਕਲਿਆ 12 12 ਦਾ ਹਾਂਜੀ ਔਰ ਇਹ ਆ ਆ ਆਇਆ ਇੰਨ ਹੋਣ ਵਾਸਤੇ ਆ ਕਿਸੇ ਬੰਦੇ ਨੇ ਖਰੀਦਿਆ ਤੇ ਉਹ ਖਰੀਦ ਕੇ ਤੇ ਉਹਨੇ ਚਲਾਇਆ ਤੇ ਆਰੇ ਵਿੱਚ ਕ੍ਰੈਂਕੇ ਗਈ ਸੀ ਦੇਸੀ ਤੇ ਉਹ ਕ੍ਰੈਂਕ ਟੁੱਟ ਗਈ ਅੱਛਾ ਹਾਂ ਉਹਨੇ ਕ੍ਰੈਂਕ ਫਿਰ ਬਲੇਤੀ ਲੈ ਕੇ ਪਾਈ ਉਹ ਵੀ 6 ਮਹੀਨੇ ਚੱਲੀ ਤੇ ਉਹ ਵੀ ਟੁੱਟ ਗਈ ਉਹ ਫਿਰ ਹੁਣ ਲੈ ਕੇ ਆਇਆ ਕਹਿੰਦਾ ਨਦੀਨ ਸਾਹਿਬ ਇਹਨੇ ਦੋ ਕ੍ਰੈਂਕਾ ਤੋੜ ਦਿੱਤੀ ਐ ਤੇ ਪਹਿਲੇ ਪਤਾ ਨਹੀਂ ਕਿੰਨੀਆਂ ਤੋੜੀਆਂ ਐ ਇਹ ਐਰਾ ਕੋਈ ਹੱਲ ਕਰਕੇ ਦੋ ਮੈਂ ਕਿਹਾ ਚਲੋ ਅਸੀਂ ਕੋਸ਼ਿਸ਼ ਕਰਨੇ ਆਂ ਐਰੀ ਲਾਈਨ ਵੀ ਬੋਰ ਕਰਾਂਗੇ ਐਰੀ ਯਾਰਾ ਨਾਕ ਲੈਂਦੇ ਫਰਾਈ 휠 ਪ੍ਰੈਸ਼ਰ ਪਲੇਟ ਨੂੰ ਵੀ ਬੈਲੈਂਸ ਕਰਾਂਗੇ ਐਰਾ ਐਲ ਪੰਪ ਵੀ ਚੈੱਕ ਕਰਾਂਗੇ ਸਾਰੇ ਮਾਮਲਾ ਚੈੱਕ ਕਰਾਂਗੇ ਇਹੋ ਜੇ ਕੇਸ ਮੇਰੇ ਕੋਲ ਕਾਫੀ ਦੋਸਤਾਂ ਦੇ ਆਂਦੇ ਇੱਕ ਵਾਰ ਮੇਰੇ ਕੋਲ ਆਇਆ ਸੀ ਇੱਕ ਟਰੈਕਟਰ ਨੇ ਇੱਕ ਸਾਲ ਚ ਸੱਤ ਕ੍ਰੈਂਕਾ ਤੋੜੀਆ ਸੀ ਅੱਛਾ ਉਹ ਕਹਿੰਦਾ ਨਦੀਮ ਸਾਹਿਬ ਜਿਹੜੇ ਕਪੜੇ ਪਾਏ ਨਾ ਵੀਦਾਰੇ ਮੰਗ ਕੇ ਆਇਆ ਸੱਤ ਕ੍ਰੈਂਕਾ ਤੋੜ ਕੇ ਨੇ ਤੇ ਮੇਰਾ ਲੱਕ ਤੋੜ ਦਿੱਤਾ ਲੱਕ ਤੋੜ ਦਿੱਤਾ ਤੇ ਉਹ ਵੀ ਮਾਸ਼ਾਅੱਲਾ ਅੱਲਾ ਨੇ ਇੱਜ਼ਤ ਰੱਖੀ ਬੜੀ ਧੀਰ ਦੀ ਗੱਲ ਹੈ ਅੱਲਾ ਇੱਜ਼ਤ ਰੱਖਣ ਵਾਲਾ ਹੈ ਨਹਿਰਾ ਵੀ ਕਰेंगे ਅੱਲਾ ਇੱਜ਼ਤ ਰੱਖਣ ਵਾਲਾ ਹੀ ਕੋਸ਼ਿਸ਼ ਕਰਾਂਗੇ ਕਿਹੜਾ ਵੀ ਮਾਮਲਾ ਪੰਪ ਵਗੈਰਾ ਚਾਬੀ ਚੋਕ ਹੈ ਨਹੀਂ ਪੰਪ ਪੈਰਾ ਚੋਕ ਲਈ ਹੋਗਾ ਚਾਬੀ ਲਈ ਜ਼ਿਆਦਾਤਰ ਆ ਚਾਬੀ ਵਾਲੇ ਆਂਦੇ ਸੀ ਤੋੜਦੇ ਨੇ ਨਹੀਂ ਨਹੀਂ ਉਹ ਚਾਬੀ ਵਾਲਾ ਜਿਹੜਾ ਤੋੜਦੇ ਉਹ ਤੇ ਉਹ ਪੰਪ ਦੇ ਐਡਵਾਂਸ ਹੋਣ ਤੋਂ ਤੋੜਦੇ ਹੈ ਨਾ ਆਹ ਬਲਾਗ ਦੀ ਲਾਈਨ ਔਰ ਆਹ ਪ੍ਰੈਸ਼ਰ ਪਲੇਟ ਫਰਾਈਵਿਲ ਦਾ ਬੈਲੈਂਸ ਇਹਨਾਂ ਚੀਜ਼ਾਂ ਤੋਂ ਤੋੜਦੇ ਹੈ ਕ੍ਰੈਂਕ ਦਾ ਬੈਲੈਂਸ ਅਸੀਂ ਕ੍ਰੈਂਕ ਵਲੈਤੀ ਲੈ ਕੇ ਨਾ ਉਹ ਵੀ ਬੈਲੈਂਸ ਕਰਕੇ ਪਾਉਂਦੇ ਆ ਠੀਕ ਬੈਲੈਂਸ ਤੋਂ ਬਗੈਰ ਨਹੀਂ ਪਾਉਂਦੇ ਕ੍ਰੈਂਕ ਕਰਨ ਬੈਲੈਂਸ ਹੁੰਦੀ ਹੈ ਨਾ ਤੇ ਉਹ ਵੀ ਜਿਵੇਂ ਚਲਦੀ ਹੈ ਨਾ ਉਹ ਆਪਣੀ ਛਣਕਾਰ ਨਾਲ ਪੀਸਾ ਨੂੰ ਖਰਾਬ ਕਰ ਦਿੰਦੀ ਹੈ ਹੋਰ ਨਾਲ ਵੀ ਕ੍ਰੈਂਕ ਟੁੱਟ ਜਾਂਦੀ ਹੈ ਬਿਲਕੁਲ ਫਰਾਈ 휠 ਅਨ ਬੈਲੈਂਸ ਹੋਏ ਹੋਰ ਨਾਲ ਕ੍ਰੈਂਕ ਟੁੱਟ ਜਾਂਦੀ ਹੈ ਪ੍ਰੈਸ਼ਰ ਪਲੇਟ ਅਨ ਬੈਲੈਂਸ ਹੋਏ ਹੋਰ ਨਾਲ ਕ੍ਰੈਂਕ ਟੁੱਟ ਜਾਂਦੀ ਹੈ ਇੰਜਨ ਦੇ ਚੱਕਰ ਤੁਸੀਂ ਘਟਾ ਦੋ ਹੋਰ ਨਾਲ ਕ੍ਰੈਂਕ ਟੁੱਟ ਜਾਂਦੀ ਹੈ ਪੰਪ ਅਡਵਾਂਸ ਹੋਏ ਹੋਰ ਨਾਲ ਕ੍ਰੈਂਕ ਟੁੱਟ ਜਾਂਦੀ ਹੈ ਹੁਣ ਇਹ ਮੈਂ ਤੁਹਾਨੂੰ ਇਹਰਾ ਦਿਹਾਏਗਾ ਇਹਦੇ ਵਿੱਚੋਂ ਜਿਹੜੇ ਪਿਸਟਨ ਨਿਕਲੇ ਦੋ ਪਿਸਟਨ ਜਿਹੜੇ 4 ਰਿੰਗ ਵਾਲੇ ਇੱਕ ਪਿਸਟਨ 5 ਰਿੰਗ ਵਾਲਾ ਅੱਛਾ ਇੱਕ ਚੱਕਰ ਬਸ ਜੋ ਲੱਬਿਆ ਉਹ ਹੀ ਪਾ ਦਿੱਤਾ ਤੇ ਗ੍ਰੀਨ ਡਾਇਰੈਕਟਰ ਜੀ ਐਵੇਂ ਪਾ ਪੂ ਦਿੰਦੇ ਨੇ ਨਹੀਂ ਨਹੀਂ ਕੰਪਨੀ ਨੇ ਨਹੀਂ ਪਾਇਆ ਆ ਬਾਅਦ ਚੋ ਕਸਟਮਰ ਨੇ ਪਵਾਇਆ ਹਾਂਜੀ ਹਾਂਜੀ ਕਸਟਮਰਾਂ ਨੇ ਫਿਰ ਮਤਲਬ ਜਗਾਲ ਲਾਇਆ ਵਾ ਤੋ ਹਾਂ ਜਿਹੜਾ ਲੱਬਿਆ ਪਿਸਟਨ ਪੁਰਾਣਾ ਫੜ ਕੇ ਪਾ ਦਿੱਤਾ ਪਾ ਦਿੱਤਾ ਤਿੰਨ ਰਿੰਗਾਂ ਮਿਲਿਆ ਤਿੰਨ ਪਾ ਦਿੱਤਾ ਚਾਰ ਪਿਆ ਚਾਰ ਪਾ ਦਿੱਤਾ ਪੰਜ ਪਿਆ ਪੰਜ ਪਾ ਗਿਆ ਇਹਦੇ ਸ਼ੁਕਰ ਹੈ ਕਿ ਤੇ 6-7 ਰਿੰਗਾਂ ਪਿਸਟਨ ਨਹੀਂ ਸੀਗਾ ਨਹੀਂ ਤੇ ਉਹ ਵੀ ਅਰਚ ਪਾ ਦੇਣਾ ਸੀ ਉਹ ਵੀ ਪਾ ਦੇਣਾ ਚਲੋ ਚਲਾਈਏ ਇਹਨੂੰ ਅੱਲਾ ਖੈਰ ਕਰੇ ਤੇ ਨਦੀਮ ਸਾਹਿਬ ਆ ਮਜ਼ੀਦ ਆਪਾਂ ਗੱਲ ਕਰਨੀ ਹੈ ਏਟੀਐਸ ਤੇ ਕਾਫੀ ਦੋਸਤ ਕਹਿ ਰਹੇ ਨੇ ਨਦੀਨ ਸਾਹਿਬ ਕੋਈ ਗੱਲਬਾਤ ਨਹੀਂ ਕਰ ਰਹੇ ਏਟੀਐਸ ਤੇ ਨਾ ਮੈਂ ਮਾਸ਼ਾਅੱਲਾ ਮੇਰਾ ਏਟੀਐਸ ਨਾਲ ਐਸਾ ਤੱਲਾ ਕਿਹਾ ਮੈਂ ਏਟੀਐਸ ਨੂੰ ਛੱਡ ਨਹੀਂ ਸਕਦਾ ਏਟੀਐਸ ਦੇ ਜਿਹੜੇ ਮਾਲਕ ਸੀ ਅਮਜਦ ਸਾਹਿਬ ਉਹਨਾਂ ਨਾਲ ਮੇਰਾ ਬੜਾ ਤੱਲਕ ਸੀ ਹੁਣ ਵੀ ਜਿਹੜੇ ਏਟੀਐਸ ਦੇ ਮਾਲਕ ਹੈ ਉਹਨਾਂ ਨਾਲ ਮੇਰਾ ਬੜਾ ਤੱਲਕ ਹੈ ਲੇਕਿਨ ਮੈਂ ਉਹਨਾਂ ਤੋਂ ਨਾਰਾਜ਼ ਨਹੀਂ ਮੈਂ ਇਹਨਾਂ ਦੀ ਜਿਹੜੀ ਇੰਤਜ਼ਾਮੀਆਂ ਔਰ ਤੋਂ ਨਾਰਾਜ਼ ਹਾਂ ਹਾਂਜੀ ਇਹਨਾਂ ਨੇ ਜਿਹੜੇ ਹੈਗੇ ਨਾ ਕਾਰਕਰਦਗੀ ਇਹਨਾਂ ਨੇ ਕੁਝ ਕੰਮ ਜਿਹੜੇ مشورے ਜਿਹੜੇ ਅਸੀਂ ਲੋਕਾਂ ਨੂੰ ਇਹਨਾਂ ਨੂੰ ਜਾ ਜਾ ਕੇ ਦਿੰਦੇ ਰਹੇ ਆ ਇਹਨਾਂ ਨੇ ਉਹ مشورے ਕੁਛ ਤੇ ਕਰ ਦਿੱਤੇ ਕੁਛ ਕਰਨ ਚ ਇਹਨਾਂ ਨੇ ਟਾਈਮ ਵੜਾ ਲਾਇਆ ਬਹੁਤ ਟਾਈਮ ਲਾਇਆ ਜੀ ਟਾਈਮ ਜ਼ਿਆਦਾ ਲਾਇਆ ਜਿਸ ਵਜ੍ਹਾ ਕਰਕੇ ਇਹਨਾਂ ਨੇ ਇੱਕ ਸਪੇਸ ਪੈਦਾ ਕਰ ਦਿੱਤੀ ਸਪੇਸ ਪੈਦਾ ਕਰ ਦਿੱਤੀ ਉਸ ਸਪੇਸ ਦੇ ਵਿੱਚ ਕਹਿੰਦੇ ਨਾ ਨਮਾਜ਼ ਪੜੋ ਤੇ ਵਿੱਚ ਸਪੇਸ ਨਾ ਛੱਡੋ ਸ਼ੈਤਾਨ ਨਾ ਵੜੇ ਤੇ ਜਦੋਂ ਜਗ੍ਹਾ ਛੱਡ ਦਿੱਤੀ ਤੇ ਫਿਰ ਸ਼ੈਤਾਨ ਵੜ ਗਿਆ ਸ਼ੈਤਾਨ ਆ ਹੁਣ ਇਹਨਾਂ ਨੇ ਸਪੇਸ ਛੱਡੀ ਇਹਨਾਂ ਦੇ ਜਿਹੜੇ ਓਨਰ ਸੀ ਮੈਂ ਉਹਨਾਂ ਨੂੰ ਮਿਸਾਲ ਦਿੱਤੀ ਮੈਂ ਕਿਹਾ ਸੱਪਾਂ ਲਈ ਸਰਕਾਰ ਸੀ ਨਾ ਤੇ ਉਹਨਾਂ ਨੇ ਸੱਪਾਂ ਨੂੰ ਕਿਹਾ ਕਿ ਤੁਸੀਂ ਭਈ ਕਿਸੇ ਨੂੰ ਵੜਨਾ ਨਹੀਂ ਹਾਂ ਕਿਹਨੂੰ ਵੜਨਾ ਨਹੀਂ ਵੜਨਾ ਨਹੀਂ ਉਹਨਾਂ ਨੇ ਆਖਿਆ ਠੀਕ ਹੈ ਜੋ ਪੀਰੋ ਮੁਰਸ਼ਿਦ ਤੁਸੀਂ ਆਰਡਰ ਕੀਤਾ ਅਸੀਂ ਨਹੀਂ ਤੁਹਾਡੀ ਜੂ ਚ ਕਿਸ ਨੂੰ ਵੜ ਦੇ ਉਹਨਾਂ ਨੇ ਵੜਨਾ ਛੱਡ ਦਿੱਤਾ ਲੋਕਾਂ ਨੇ ਕੀ ਕੀਤਾ ਉਹ ਸੱਪਾਂ ਨਾਲ ਫੜ ਕੇ ਨਾ ਪੂਲੇ ਤੇ ਲੱਕੜਾ ਬੰਨੀਆਂ ਸ਼ੁਰੂ ਕਰ ਦਿੱਤੀ ਹਾਂਜੀ ਉਹਨਾਂ ਨੇ ਆਖਿਆ ਸੱਪਾਂ ਨਾਲ ਪੀਰੋ ਮੁਰਸ਼ਿਦ ਆ ਕੀ ਕੀਤਾ ਜੇ ਲੋਕਾਂ ਨੇ ਸਾਡੇ ਨਾਲ ਪੂਲੇ ਬੰਨਨੇ ਸ਼ੁਰੂ ਕਰ ਦਿੱਤੇ ਲੱਕੜਾ ਬਨ ਕੇ ਟੁੱਕ ਕੇ ਸਾਡੇ ਨਾਲ ਬੰਨੀਆਂ ਸ਼ੁਰੂ ਕਰ ਦਿੱਤੀ ਆ ਆ ਕੀ ਜ਼ੁਲਮ ਹੋਇਆ ਉਹਨਾਂ ਨੇ ਕਿਹਾ ਤਾਨੂੰ ਪੀਰੋ ਮੁਰਸ਼ਦ ਨੇ ਫਰਮਾਇਆ ਤੁਹਾਨੂੰ ਅਸੀਂ ਕਿਹਾ ਸੀ ਵੱਡਣਾ ਨਹੀਂ ਫੂਫਾ ਤੇ ਰੱਖੋ ਫੂਫਾ ਰੱਖੋ ਫੂਫਾ ਹੁਣ ਐਰੇ ਜਿਹੜੇ ਜਿਹੜੇ ਇੰਤਜ਼ਾਮੀਆਂ ਦੇ ਬੰਦੇ ਆ ਨਾ ਉਹ ਆਪਣੇ ਜੂਨੀਅਰ ਤੇ ਥੋੜੀ ਜੀ ਫੂਫਾ ਦੇ ਰੱਖਣ ਹੁਣ ਅੱਜ ਦੌਰ ਪਿਆਰ ਪਿਆਰ ਦਾ ਨਹੀਂ ਹੈ ਅਗਰ ਸਖਤੀ ਨਹੀਂ ਕਰੋਗੇ ਤੇ ਜਿਹੜੇ ਤੁਹਾਡੇ ਮੁਲਾਜ਼ਮ ਐ ਤੁਹਾਡੇ ਜੂਨੀਅਰ ਉਹ ਕੰਮ ਹੀ ਨਹੀਂ ਕਰਦੇ ਬਿਲਕੁਲ ਜੀ ਥੋੜੀ ਜੀ ਫੂਫਾ ਰੱਖਣੀ ਚਾਹੀਦੀ ਆ ਆ ਮੈਂ ਖੁਦ ਪਰਸਨਲੀ ਕਿਹਾ ਸੀ ਕਿ ਥੋੜਾ ਜਿਹਾ ਯਾਰ ਇਹ ਜਿਹੜੇ ਓਨਰ ਸੀ ਮਾਲਕ ਐ ਉਹ ਮੇਰਾ ਸਟੂਡੈਂਟ ਐ ਮੇਰਾ ਬੱਚਾ ਐ ਮੇਰਾ ਭਰਾ ਐ ਭਰਾਵਾ ਪਰ ਇਹ ਜਹਾ ਵੀ ਹੈ ਸਟੂਡੈਂਟ ਵੀ ਹੈ ਮੇਰੇ ਬੱਚਿਆ ਵਰਗਾ ਵੀ ਹੈ ਮੈਨੂੰ ਕਹਿੰਦਾ ਮੈਂ ਕਹਿੰਦਾ ਯਾਰ ਥੋੜੀ ਜਿਹੀ ਸਖਤੀ ਕਰ ਥੋੜੀ ਜਿਹੀ ਸਖਤੀ ਕਰ ਥੋੜੀ ਸਖਤੀ ਕਰ ਤੇਰਾ ਪਿਆਰ ਜਿਹੜਾ ਹੈ ਨਾ ਇਹਨਾਂ ਨੂੰ ਇਹਨਾਂ ਨੂੰ ਖਰਾਬ ਕਰ ਰਿਹਾ ਹੈ ਉਹ ਬੱਚੇ ਤੇ ਕੀ ਇਹਨਾਂ ਪਿਆਰ ਹੋਏ ਬੱਚਾ ਹੀ ਵਿਗੜ ਜਾਏ ਲਾਡਾ ਨਾਲ ਬਾਲ ਵਿਗੜ ਜਾਂਦੇ ਆ ਉਹ ਫਿਰ ਬਾਲ ਕੰਮ ਨਹੀਂ ਕਰਦੇ ਉਹ ਕਹਿੰਦੇ ਨਾ ਲਾਡਾ ਨਾਲ ਵਿਗੜੇ ਬਾਲ ਫਿਰ ਕੰਮ ਕਿੱਥੇ ਗਿਆ ਉਹ ਸਾਡੇ ਵਾਲਦ ਸਾਬ ਕਹਾਵਾ ਸੁਣਾਉਂਦੇ ਹੁੰਦੇ ਸੀ ਸਦਾਗਰ ਕਾ ਧੋੜਾ ਗੋੜਾ ਖਾਏਗਾ ਬੋਤਾ ਚਲੇਗਾ ਥੋੜਾ ਹਾਂਜੀ ਇਸੇ ਜ਼ਰਾ ਤੂੰ ਭਾਜੀ ਬੋਤਾ ਲਾਡਾ ਚ ਜਿਹੜਾ ਘੋੜਾ ਹੋਏਗਾ ਹਰ ਟਾਈਮ ਖਾਣਾ ਪੀਣਾ ਸਦਾ ਕਰਨੇ ਐ ਤੋਂ ਬੈਠਣਾ ਉਥੇ ਮੰਡੀ ਜਾਣਾ ਵਾਪਸ ਜਾਣਾ ਨਾ ਉਹਨੇ ਭਜਾਣਾ ਨਾ ਉਹਨੇ ਉਹਨੂੰ ਐਕਸਰਸਾਈਜ਼ ਕਰਾਣੀ ਘੋੜੇ ਨੇ ਕੀ ਚੱਲਣਾ ऐसे तरह जेडे ਸਾਡੇ ਆਪਣੇ ਮੁਲਾਜ਼ਮ ਐ ਸਾਡੇ ਵਰਕਰ ਐ ਜਿਹੜੇ ਵੀ ਐ ਜੂਨੀਅਰਸ ਐ ਉਹਨਾਂ ਤੇ ਥੋੜੀ ਜੀ ਸਟਿਕ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਜੀ ਅਗਰ ਸਟਿਕ ਨਹੀਂ ਹੋਏਗੀ ਅਗਰ ਤੁਸੀਂ ਕੋਈ ਬੰਦਾ ਅਗਰ ਆ ਫਰਜ਼ੇ ਮਹਲਾ ਪੇਜ ਢਿੱਲਾ ਛੱਡਿਆ ਆ ਪੇਜ ਢਿੱਲਾ ਪਰ ਛੱਡਿਆ ਤੇਰੀ ਇਨਕੁਆਰੀ ਹੋਣੀ ਚਾਹੀਦੀ ਹੈ ਕਿਨੇ ਪੇਜ ਢਿੱਲਾ ਛੱਡਿਆ ਉਹ ਕੌਣ ਸੀ ਜਿਹਨੇ ਪੇਟ ਇਲਾ ਚੜ ਦਿੱਤਾ ਅਗਰ ਆ ਸਖਤੀ ਨਹੀਂ ਕਰੋਗੇ ਤੇ ਫਿਰ ਕੰਮ ਗਲਤ ਹੁੰਦੇ ਐਨਾ ਚੀਜ਼ਾਂ ਤੋਂ ਮੇਰੀ ਥੋੜੀ ਜੀ ਜ਼ਰਾ ਹੈਗੀ ਆ ਬਾਕੀ ਮੈਂ ਲੋਕ ਅਗਰ ਸਮਝਦੇ ਆ ਕਿ ਐਟੀਐਸ ਖਤਮ ਹੋ ਗਈ ਹੈ ਤੇ ਉਹ ਗੱਲ ਨਹੀਂ ਐਟੀਐਸ ਚੱਲੇਗੀ ਅੱਲਾ ਦੇ ਹੁਕਮ ਨਾਲ ਚੱਲੇਗੀ ਅੱਲਾ ਚਲਾਏਗਾ ਲੇਕਿਨ ਆ ਜਿਹੜੀ ਥੋੜੀ ਜੀ ਜਿਹੜੀ ਹੈਗੀ ਆ ਨਾ ਆ ਸਖਤੀ ਜਿਹੜੀ ਆ ਮੈਂ ਇਹਨਾਂ ਨੂੰ ਕਹਿ ਰਿਹਾ ਨਹੀਂ ਕਰਦੇ ਮੈਂ ਇਸ ਚੀਜ਼ ਤੋਂ ਨਾਰਾਜ਼ ਐ ਮੇਰਾ ਉਸੂਲ ਐ ਕਿ ਜਿਹੜਾ ਬੰਦੇ ਨੂੰ ਪਿਆਰ ਨਾਲ ਸਮਝਾਓ ਅਗਰ ਪਿਆਰ ਨਾਲ ਨਹੀਂ ਸਮਝਦਾ ਤੁਰ ਤੇ ਸਖਤੀ ਕਰੋ ਬਿਲਕੁਲ ਦੇਖੋ ਸਾਡੇ ਮਜ਼ਬਦ ਦੇ ਵਿੱਚ ਐਗਾ ਕਿ ਬੱਚੇ ਨੂੰ ਸਮਝਾਓ ਕੁਰਾਨ ਪੜ੍ਹੇ ਨਮਾਜ਼ ਪੜ੍ਹੇ ਨਹੀਂ ਪੜ੍ਹਦਾ ਤੇ ਇੱਕ ਟਾਈਮ ਤੋਂ ਬਾਅਦ ਸਖਤੀ ਕਰੋ ਹਾਂਜੀ ਐਸੇ ਤਰ੍ਹਾਂ ਆਧਾਰੇ ਵੀ ਜਿਹੜੇ ਆ ਨਾ ਆ ਪਿਆਰ ਵੀ ਹੋਣਾ ਚਾਹੀਦਾ ਮੁਹੱਬਤ ਵੀ ਹੋਣੀ ਚਾਹੀਦੀ ਐ ਸਖਤੀ ਵੀ ਹੋਣੀ ਚਾਹੀਦੀ ਦੇਖੋ ਜੀ ਜੋ ਨਦੀਮ ਸਾਹਿਬ ਇਟਿਆ ਸਾ ਵਿਜ਼ਨ ਹੀ ਨਾ ਜਿਵੇਂ ਆਈ ਇੱਕ ਤਾਂ ਕੰਪਨੀ ਮਾਰਕੀਟ ਦੇ ਵਿੱਚ ਹਰ ਬੰਦਾ ਸੋਚ ਰੇ ਪਤਾ ਨਹੀਂ ਕੋਈ ਕੀ ਕੱਢੇ ਨਾ ਸਾਲ ਦੇ ਵਿੱਚ ਨਾ ਕੋਈ ਵੀ ਇੱਕ ਆਨੇ ਦਾ ਵੀ ਨਹੀਂ ਗੱਲ ਦੇ ਆ ਕੰਪਨੀ ਆਈ ਹੈ ਤੁਸੀਂ ਆ ਨਾ ਕਹੋ ਇਸ ਕੰਪਨੀ ਨੇ ਕੁਝ ਨਹੀਂ ਕੀਤਾ ਇਸ ਕੰਪਨੀ ਦੇ ਆਣ ਨਾਲ ਬੜਾ ਕੁਝ ਹੋਇਆ ਹੈ ਉਹ ਹੋਇਆ ਹੈ ਲੇਕਿਨ ਆਪਣਾ ਨਾ ਮਜ਼ੀਦ ਨਹੀਂ ਕੰਮ ਬਤਾਇਆ ਬੜਾ ਕੁਝ ਹੋਇਆ ਇਸ ਕੰਪਨੀ ਦੇ ਆਣ ਨਾਲ ਮਿੱਲਤ ਬਿਹਤਰ ਹੋਈ ਹੈ ਇਸ ਕੰਪਨੀ ਦੇ ਆਉਣ ਨਾਲ ਬੁਲ ਪਾਵਰ ਬਿਹਤਰ ਹੋਈ ਹੈ ਇਸ ਕੰਪਨੀ ਦੇ ਆਉਣ ਨਾਲ ਦੂਸਰੀਆਂ ਕੰਪਨੀਆਂ ਬਿਹਤਰ ਹੋਈਆਂ ਮੈਂ ਤਾਂ ਕਿਹਾ ਸੀ ਨਾ ਕਿ ਜੈਸ ਟਾਈਮ ਆਹ ਟਰੈਕਟਰ ਬਿਹਤਰ ਬਨੇਗਾ ਜਿਹੜੇ ਆਣਗੇ ਇਸ ਤੋਂ ਬਿਹਤਰ ਆਣਗੇ ਇਸ ਤੋਂ ਬਿਹਤਰ ਆਣਗੇ ਬਿਲਕੁਲ ਤੇ ਉਹੀ ਗੱਲ ਹੋ ਗਈ ਨਾ ਮੇਰੀ ਗੱਲ ਜਿਹੜੀ ਕਹੀ ਹੋਈ ਹੈ ਹਰ ਗੱਲ ਤੁਹਾਨੂੰ ਵਕਤ ਤੋਂ ਬਾਅਦ ਸਾਬਤ ਹੋਈ ਹੈ ਬਿਲਕੁਲ ਹੀ ਤੁਹਾਡੀਆਂ ਗੱਲਾਂ ਬਿਲਕੁਲ ਟਾਈਮ ਤੋਂ ਬਾਅਦ ਸਾਬਤ ਹੋਈ ਹੈ ਕਿ ਜਿਹੜੀ ਜਿਹੜੀ ਗੱਲ ਮੈਂ ਕਹੀ ਹੈ ਮੈਂ ਕਿਹਾ ਆ ਗਈ ਹੈ ਹੁਣ ਇਸ ਤੋਂ ਬਿਹਤਰ ਆਏਗੀ ਹੂਨਸ ਤੋਂ ਬਿਹਤਰ ਮੈਂ ਕਿਹਾ ਸੀ ਮਿੱਲਤ ਵੀ ਹੂਨਸ ਤੋਂ ਬਿਹਤਰ ਬਣਾਏਗੀ ਤੇ ਦੇਖੋ ਮਿੱਲਤ ਨੇ ਉਸ ਤੋਂ ਬਿਹਤਰ ਬਣਾਇਆ ਬਣਾਇਆ ਜੀ ਮੈਂ ਕਿਹਾ ਸੀ ਹੂਨਾ ਆ ਗਿਆ ਤੇ ਇਸ ਤੋਂ ਬਿਹਤਰ ਕੰਪਨੀ ਆਏਗੀ ਤੇ ਉਸ ਤੋਂ ਬਿਹਤਰ ਆ ਗਈ ਆ ਗਈ ਹੁਣ ਉਸ ਤੋਂ ਬਿਹਤਰ ਹੂਨਾ ਇਹਨਾਂ ਨੂੰ ਵੀ ਬਿਹਤਰ ਨਾਲ ਮੈਂ ਨਾ ਕਿਹਾ ਵੀ ਕਿਹਾ ਸੀ ਕਿ ਹੁਣ ਇਹਨਾਂ ਨੂੰ ਵੀ ਬਿਹਤਰ ਕਰਨਾ ਪਾਏਗਾ ਤੇ ਆ ਵੀ ਬਿਹਤਰ ਕਰਨਗੇ ਇਸ ਚੀਜ਼ ਦਾ ਸਾਡਾ ਸ਼ਿਕਵਾ ਹੈ ਜੀ ਇਹ ਚੀਜ਼ ਜਿਹੜੀ ਹੈ ਏਟੀਐਸ ਨੂੰ ਕੱਢਣੀ ਚਾਹੀਦੀ ਉਹ ਸਰ ਉਹ ਵੀ ਹੋ ਜਾਏਗਾ ਥੋੜਾ ਜਿਹਾ ਸਬਰ ਕਰੋ ਥੋੜੇ ਜੇ ਬੰਦੇ ਢਿੱਲੇ ਆ ਤੁਹਾਡੇ ਇਹਨਾਂ ਦੇ ਥੋੜਾ ਜਿਹਾ ਖਿੱਚਣਾ ਪੈਣਾ ਤੇ ਉਹ ਜਰਾ ਦੇਖੋ ਮੈਂ ਮਾਲਕ ਨਹੀਂ ਮੈਂ ਡੀਲਰ ਹਾਂ ਮੈਂ ਮਾਲਕ ਨਹੀਂ ਹਾਂ ਮੈਂ ਕੰਪਨੀ ਦਾ ਡੀਲਰ ਹਾਂ ਮੈਂ ਕਿਸੇ ਨੂੰ ਕਿੰਨਾ ਕ ਕਹਿ ਸਕਣਾ ਮੈਂ ਕਿੰਨਾ ਕ ਖਿੱਚ ਸਕਣਾ ਇੱਕ ਹੱਦ ਤੋਂ ਜ਼ਿਆਦਾ ਖਿੱਚੇਗਾ ਇੱਕ ਹੱਦ ਤੋਂ ਜ਼ਿਆਦਾ ਖਿੱਚੇਗਾ ਤਾਂ ਮੇਰੇ ਖਿਲਾਫ ਡੀਲਰ ਖੜੇ ਕਰ ਦੇਣਗੇ ਹਾਂਜੀ ਇਸੇ ਤਰ੍ਹਾਂ ਇਹ ਹੋਇਆ ਨਾ ਪਹਿਲਾਂ ਤੁਸੀਂ ਸਾਡੇ ਜ਼ਿਮੀਂਦਾਰਾਂ ਨੂੰ ਸਾਰਾ ਹੋਇਆ ਨਾ ਉਹ ਮੈਂ ਜ਼ਿਮੀਂਦਾਰਾਂ ਦੀ ਖਾਤਰ ਏਟੀਐਸ ਵਾਲਿਆਂ ਨਾਲ ਲੜਿਆ ਏਟੀਐਸ ਵਾਲਿਆਂ ਨਾਲ ਲੜਿਆ ਤੇ ਏਟੀਐਸ ਦੀ ਇੰਤਜ਼ਾਮੀਆਂ ਨੇ ਮੇਰੇ ਖਿਲਾਫ ਦੋ ਡੀਲਰ ਖੜੇ ਕਰ ਦਿੱਤੇ ਹੂੰ ਤੇ ਉਹ ਯਾਰ ਮੈਂ ਤੇ ਕਿਸਾਨਾਂ ਵਾਸਤੇ ਬੋਲਣਾ ਮੈਂ ਕਹਿੰਦਾ ਟਰੈਕਟਰ ਦਿੱਤਾ 34 ਲੱਖ ਦਾ ਦਿੱਤਾ ਜੇ ਤੇ 34 ਲੱਖ ਦਾ ਦੇ ਕੇ ਕਸਟਮਰ ਨੂੰ ਘਰ ਜਾ ਕੇ ਕੰਮ ਨਾ ਕਰਾਉਣਾ ਪਏ ਨਾ ਕਰਾਉਣਾ ਪਏ ਇਹਦੇ ਵਿੱਚ ਪ੍ਰੋਬਲਮ ਨਾ ਨਿਕਲੇ ਉਹਨੂੰ 1 ਸਾਲ ਤੱਕ ਕਸਟਮਰ ਮੈਨੂੰ ਕਾਲ ਕਰਕੇ ਨਾ ਕਹੇ ਆ ਪੇਚ ਢਿਲਾ ਹੋ ਗਿਆ ਹਾਂਜੀ ਹਾਂਜੀ ਇਹਦੇ ਵਿੱਚ ਆ ਫਾਲਟ ਹੋ ਗਿਆ ਮੈਂ ਕਿਹਾ ਮੈਂ ਤੁਹਾਡੇ ਤੇ ਤਾਜ਼ਰਾ ਜੀ ਮੈਂ ਮੇਰੀ ਨਾਰਾਜ਼ਗੀ ਇਸ ਤੋਂ ਇਲਾਵਾ ਹੈ ਹੀ ਨਹੀਂ ਮੈਂ ਕਹਿੰਦਾ ਗੱਡੀ 'ਚ ਕਲੇਮ ਨਿਕਲਣਾ ਹੀ ਨਹੀਂ ਚਾਹੀਦਾ ਨਿਕਲਣਾ ਨਹੀਂ ਚਾਹੀਦਾ ਕਿਉਂ ਕਲੇਮ ਨਿਕਲੇ ਉਹ ਫਿਰ ਮੇਰੀ ਜ਼ਰਾ ਥੋੜੀ ਜੀ ਥੋੜਾ ਜਿਹਾ ਉਹਨਾਂ ਨਾਲ ਹੋਇਆ ਵੀ ਫਿਰ ਉਹਨਾਂ ਨੇ ਆਖਿਆ ਨਦੀਮ ਸਾਹਿਬ ਬਹੁਤੇ ਬੋਲਦੇ ਆ ਇਹਨਾਂ ਦੇ ਖਿਲਾਫ ਹੋਰ ਇੱਕ ਦੋ ਬੰਦੇ ਖੜੇ ਕਰ ਦੋ ਤੇ ਬਾਕੀ ਕੋਈ ਕੁਝ ਨਹੀਂ ਹੁੰਦਾ ਨਦੀਮ ਸਾਹਿਬ ਦੇ ਖਿਲਾਫ ਪੂਰੀ ਦੁਨੀਆ ਵੀ ਖੜੀ ਹੋ ਜੇਗੀ ਨਾ ਅਗਰ ਨਦੀਮ ਸਾਹਿਬ ਦੇ ਨਾਲ ਰੱਬ ਹੈ ਤੇ ਨਦੀਮ ਸਾਹਿਬ ਇਕੱਲੇ ਹੀ ਕਾਫੀ ਹੈ ਬਿਲਕੁਲ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਗੱਲ ਪਤਾ ਕੀ ਪਹਿਲਾਂ ਸਾਡੇ ਜ਼ਿੰਮੇਦਾਰ ਨੂੰ ਇਹ ਦੱਸ ਦਿਓ ਕਿ ਇਹ ਕੰਪਨੀ ਤੁਹਾਡੀ ਨਹੀਂ ਤੁਸੀਂ ਇਹਦੇ ਡੀਲਰ ਹੋ ਮੈਂ ਰੇ ਡੀਲਰ ਹਾਂ ਕਿਉਂਕਿ ਬੰਦੇ ਤੁਹਾਨੂੰ ਹੀ ਗੱਲਾਂ ਕਰਦੇ ਨੇ ਨਾ ਰਾਤ ਨੂੰ ਪਤਾ ਜ ਤਕਰੀਬਨ ਆਪਾਂ ਪਾਕਪਤਨ ਗਏ ਆ ਸਫਰ ਕੀਤਾ ਜੀ 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 ਜਿੰਨੇ ਕੋ ਮੈਂ ਦੇਖਿਆ ਤੁਹਾਨੂੰ ਕਾਰ ਹਰ 5 ਮਿੰਟ ਬਾਅਦ ਨਦੀਮ ਸਾਹਿਬ ਟ੍ਰੈਕਟਰ ਨੂੰ ਆ ਲੈ ਗਏ ਐਂਜ ਹੋਇਆ ਐਂਜ ਹੋਇਆ ਕੰਪਨੀ ਤੇ ਕੋਈ ਨਹੀਂ ਨਾ ਗੱਲ ਕਰ ਰਿਹਾ ਜੀ ਇਹੋ ਹੀ ਲੋਕ ਸਮਝਦੇ ਪਤਾ ਨਹੀਂ ਏਟੀਐਸ ਕੰਪਨੀ ਜਿਹੜੀ ਹੈ ਨਾ ਉਹ ਨਦੀਮ ਸਾਹਿਬ ਦੀ ਹੈ ਹਾਲਾਂਕਿ ਏਟੀਐਸ ਕੰਪਨੀ ਜਿਸ ਨਾਲ ਦੂਸਰੀ ਕੰਪਨੀਆਂ ਦੇ ਡੀਲਰ ਹੈ ਮੈਂ ਵੀ ਏਟੀਐਸ ਦਾ ਡੀਲਰ ਹੈ ਡੀਲਰ ਹੈ ਡੀਲਰ ਹੈ ਲੇਕਿਨ ਚੂ ਕਿ ਉਹਨਾਂ ਨਾਲ ਇੱਕ ਪਰਸਨਲ ਤਾਲੁਕ ਹੈ ਉਹ ਹਮਜ਼ਦ ਸਾਹਿਬ ਨਾਲ ਇੱਕ ਪਰਸਨਲ ਤਾਲੁਕ ਹੈ ਹਮਜ਼ਾ ਵਜ਼ੀਰ ਨਾਲ ਇੱਕ ਪਰਸਨਲ ਤਾਲੁਕ ਹੈ ਉਸ ਵਜ੍ਹਾ ਕਰਕੇ ਮੈਂ ਉਹਨਾਂ ਦੀ ਹੈਲਪ ਕਰਨਾ ਔਰ ਦੂਸਰੇ ਨੰਬਰ ਤੇ ਕਿਸਾਨਾਂ ਦੇ ਨਾਲ ਇੱਕ ਪਰਸਨਲ ਲਗਾਓ ਹੁੰਦੀ ਵਜ੍ਹਾ ਨਾਲ ਮੈਂ ਵੀ ਕਿਸਾਨ ਆਟੋ ਆਰਗੇਨਾਈਜੇਸ਼ਨ ਦਾ ਚੇਅਰਮੈਨ ਰਿਹਾ ਹਾਂ ਉਨ ਬਿਸ਼ੱਕ ਮੈਂ ਚੇਅਰਮੈਨ ਨਹੀਂ ਐ ਉਨ ਦੂਸਰੇ ਬੰਦੇ ਚੇਅਰਮੈਨ ਐ ਲੇਕਿਨ ਕਿਸਾਨਾਂ ਵਾਸਤੇ ਤੇ ਅਸੀਂ ਸੋਚਦੇ ਰਹੇ ਸਾਡਾ ਵਿਜ਼ਨ ਤੇ ਇਹੋ ਹੀ ਐ ਨਾ ਕਿ ਕਿਸਾਨਾਂ ਵਾਸਤੇ ਬਿਹਤਰੀ ਕਰਨੀ ਤੇ ਮੈਂ ਉਹ ਕਿਸਾਨਾਂ ਵਾਸਤੇ ਸੋਚਣਾ ਤੇ ਕੰਪਨੀ ਪਤਾ ਕੀ ਕਹਿੰਦੀ ਐ ਕੰਪਨੀ ਕਹਿੰਦੀ ਐ ਪਤਾ ਨਹੀਂ ਨਦੀਮ ਸਾਹਿਬ ਨੇ ਲੋਕਾਂ ਕੋਲ ਵੋਟ ਲੈਣਾ ਨਦੀਨਾ ਨਦੀਮ ਸਾਹਿਬ ਨੇ ਪਤਾ ਨਹੀਂ ਇਲੈਕਸ਼ਨ ਤੇ ਖਲੋਣਾ ਉਹ ਮੈਂ ਕਹਿੰਦਾ ਨਹੀਂ ਯਾਰ ਨਦੀਮ ਸਾਹਿਬ ਨੇ ਇਲੈਕਸ਼ਨ ਕੋਈ ਨਹੀਂ ਜੇ ਲੜਨਾ ਹਾਂਜੀ ਨਦੀਮ ਸਾਹਿਬ ਨੇ ਬਸ ਆਪਣੀ ਜਿਹੜੀ ਇੱਜ਼ਤ ਹੈ ਨਾ ਉਹਨੂੰ ਬਚਾਉਂਦੇ ਪਏ ਜਿਹੜੀ ਹੈ ਇਹ ਦੇਖੋ ਨਦੀਮ ਸਾਹਿਬ ਦੀ ਲੋਕ ਇੱਜ਼ਤ ਕਰਦੇ ਆ ਤੋ ਕਿਉਂ ਕਰਦੇ ਨਦੀਮ ਸਾਹਿਬ ਸਹੀ ਗਾਈਡ ਕਰਦੇ ਆ ਸਹੀ ਗੱਲ ਕਰਦੇ ਆ ਤੇ ਅਗਰ ਨਦੀਮ ਸਾਹਿਬ ਕੰਪਨੀ ਨਾਲ ਗੱਲ ਕਰਦੇ ਆ ਸਖਤ ਗੱਲ ਕਰਦੇ ਆ ਤੋ ਕੰਪਨੀ ਕਹਿੰਦੇ ਠੀਕ ਐ ਇਹਦੇ ਨਾਲ ਲਾਹੌਰ ਚ ਹੋਰ ਚਾਰ ਡੀਲਰ ਖੜੇ ਕਰ ਦੋ ਤਾਂ ਕਿ ਐਰੀ ਸੇਲ ਤੇ ਫਰਕ ਪਏ ਉਹ ਯਾਰ ਰਿਸਕ ਜਿਹੜਾ ਨਸੀਬਾ ਚ ਲਿਖਿਆ ਹੈ ਨਾ ਮੇਰੇ ਉਹ ਮੈਨੂੰ ਮਿਲ ਕੇ ਹੀ ਰਹਿਣਾ ਭਾਵੇਂ 100 ਡੀਲਰ ਵੀ ਲਾਹੌਰ ਚ ਬਣ ਜਾਣ ਕੀ ਫਰਕ ਪੈਂਦਾ ਮੈਂ ਤੇ ਕਰੀ ਨਹੀਂ ਕਿਸ ਨੂੰ ਇਤਰਾਜ਼ ਕੀਤਾ ਕੋਈ ਗੱਲ ਨਹੀਂ ਸਾਡੇ ਬੂਏ ਦੇ ਨਾਲ ਲਿਆ ਕੇ ਡੀਲਰ ਬਣਾ ਦੋਗੇ ਫਿਰ ਵੀ ਕੀ ਹੋ ਜਾਏਗਾ ਪਰਸਨਲੀ ਐਨੀ ਨਹੀਂ ਬਸ ਜ਼ਿੰਮੇਦਾਰਾਂ ਵਾਸਤੇ ਹੀ ਹੈ ਜ਼ਿੰਮੇਦਾਰਾਂ ਵਾਸਤੇ ਹੀ ਹੈ ਜ਼ਿੰਮੇਦਾਰਾਂ ਵਾਸਤੇ ਹੀ ਐਸੇ ਕਰਕੇ ਮੈਂ ਕੋਸ਼ਿਸ਼ ਕਰਨਾ ਕਿ ਯਾਰ ਜਿਹੜਾ ਨਾ ਕੋਈ ਥੋੜੇ ਜੇ ਨਾ ਅੱਛਾ ਕੰਮ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਅੱਛੀ ਚੀਜ਼ ਬੰਨੀ ਚਾਹੀਦੀ ਜੈਸ ਟਾਈਮ ਅੱਛੀ ਚੀਜ਼ ਬਨੇਗੀ ਦੂਸਰਾ ਜਿਹੜਾ ਆਏਗਾ ਉਹ ਵੀ ਅੱਛੀ ਬਣਾਏਗਾ ਦੂਸਰੇ ਨੰਬਰ ਤੇ ਜਿੱਥੋਂ ਤੱਕ ਤੁਸੀਂ ਬੁਰਾਕ ਦਾ ਜ਼ਿਕਰ ਕਰ ਰਹੇ ਜੀ ਨਾ ਤੇ ਬੁਰਾਕ ਵਾਲਿਆਂ ਨੇ ਤੇ ਉਹ ਇੰਜਨ ਜਿਹੜਾ ਹੈ ਉਹ 1 ਸਾਲ ਪਹਿਲੇ ਐਟੀਐਸ ਕੋਲ ਹੀ ਖਰੀਦਿਆ ਜੀ ਹਾਂ ਜੀ ਐਟੀਐਸ ਨੇ ਤਾਂ 4 ਸਾਲ ਪਹਿਲੇ 100 ਐਚਪੀ ਇੰਜਨ ਬਣਾ ਦਿੱਤਾ ਉਹਨਾਂ ਨੇ ਐਟੀਐਸ ਦਾ ਇੰਜਨ ਲੈ ਕੇ ਉਹਦਾ ਹੀ ਸਾਰੀ ਕਾਪੀ ਕਰਕੇ ਉਹੋ ਹੀ ਕਾਪੀ ਕਰਕੇ ਤੇ ਉਹ ਅੱਗੇ ਕਰ ਦਿੱਤਾ ਉਹਦੇ ਵਿੱਚ ਸਭੋ ਐਟੀਐਸ ਨੇ ਜਿਹੜੀ ਆ ਅ ਮਜ਼ੀਦ ਜਿੱਦਤ ਕੀਤੀ ਹੈ ਉਹਨਾਂ ਨੇ ਤੇ ਉਹ ਹੀ ਜਿਹੜਾ ਸਾਡਾ ਅੱਜ ਤੋਂ 4 ਸਾਲ ਪਹਿਲੇ ਡਿਜ਼ਾਈਨ ਸੀ ਉਸੇ ਡਿਜ਼ਾਈਨ ਤੇ ਕਾਪੀ ਕਰਕੇ ਉਹਨਾਂ ਨੇ ਕੱਢ ਦਿੱਤਾ ਮਤਲਬ ਤੁਸੀਂ ਕੱਢੋਗੇ ਤੇ ਹੋਰ ਮਜ਼ੀਦ ਸਾਡਾ ਉਸ ਤੋਂ ਬਿਹਤਰ ਹੋਏਗਾ ਲੇਕਿਨ ਆ ਤੇ ਵਕਤ ਸਾ ਲੇਕਿਨ ਗੱਲ ਆਏ ਕਿ ਕੰਪਨੀ ਜੋੜ ਕੇ ਸਾਨੂੰ ਦਏ ਲਓ ਜੀ ਆ ਸਾਡਾ ਨਵਾਂ ਟਰੈਕਟਰ ਆਇਆ ਹੁਣ ਅਗਰ ਕੰਪਨੀ ਜਿਹੜੀ ਆ ਉਹ જરા ਸਲੋ ਕੰਮ ਕਰੇ ਤੇ ਮੈਂ ਉਹਨਾਂ ਨੂੰ ਕਹਿੰਨਾ ਯਾਰ ਤੁਸੀਂ ਜਲਦੀ ਕਰੋ ਤੁਸੀਂ ਢਿੱਲੇ ਬੜੇ ਜੇ ਐਡੇ ਢਿੱਲੇ ਹੋ ਗਿਆ ਨਾ ਸਪੇਸ ਨਾ ਪੈਦਾ ਕਰੋ ਗੱਡੀ ਦੇ ਨਾਲ ਗੱਡੀ ਜੋੜ ਕੇ ਰੱਖੋ ਗੱਡੀ ਤਾਂ ਗੱਡੀ ਜੋੜ ਕੇ ਰੱਖੋਗੇ ਗੱਡੀ ਦੂਜੀ ਕਿੱਥੋਂ ਵਿੱਚ ਵੜੇ ਜਦੋਂ ਤੁਸੀਂ ਵੇਚ ਐਨਾ ਸਪੇਸ ਤੇ ਇੱਦਾਂ ਤੁਸੀਂ ਗੱਡੀ ਆ ਫੇ ਆ ਵੇਚ ਵੜਦੀ ਐ ਵੇਚ ਵੜਦੀ ਐ ਦੇਖੋ ਨਦੀਮ ਸਾਹਿਬ ਜਿਹੜਾ ਹੁਣ ਨਵਾਂ ਕੋਈ ਵੀ ਮਾਡਲ ਕੱਢਣਗੇ ਉਹਦੇ ਦੁਬਾਰਾ ਫੇ ਲਾਇਸੈਂਸ ਲੈਣਾ ਪਏਗਾ ਕੰਪਨੀ ਨੂੰ ਪਤਾ ਨਹੀਂ ਆ ਤੇ ਕੰਪਨੀ ਦੇ ਮਾਮਲੇ ਆ ਜੀ ਜੀ ਫਿਰਾਲ ਕੁਛ ਨਾ ਕੁਛ ਤੇ ਕਰਨਾ ਪਾਏਗਾ ਨਾ ਐਸਾ ਬਏਗਾ ਮਾਰਕੀਟ 'ਚ ਰਹਿਣ ਵਾਸਤੇ ਜਿੱਦਤ ਲਿਆਣੀ ਪਾਏਗੀ ਔਰ ਆ ਮੈਂ ਤੁਹਾਨੂੰ ਕਿਹਾ ਸੀ ਕਿ ਜਿੱਦਤ ਆਏਗੀ ਕੰਪਨੀ ਨਵੀਂ ਆਏਗੀ ਔਰ ਸਾਨੂੰ ਵੀ ਬਿਹਤਰ ਕਰਨੀ ਪਾਏਗੀ ਹੋ ਸਕਦਾ ਆ ਵੀ ਆ ਵੀ ਕਰਨਗੇ ਇਨਸ਼ਾਅੱਲਾ ਐਸਾ ਨਹੀਂ ਹੈ ਕਿ ਨਹੀਂ ਕਰਨਗੇ ਆ ਵੀ ਕਰਨਗੇ ਹੁਣ ਭਾਈ ਅੱਲਾ ਖੈਰ ਹੁਣ ਇੱਕ ਮੈਦਾਨ ਲੱਗ ਗਿਆ ਜਿਹੜਾ ਹੀ ਮੈਂ ਚਾਹਨਾ ਸੀ ਨਾ ਕਿ ਮੈਦਾਨ ਲੱਗੇ ਉਹ ਮੈਦਾਨ ਲੱਗ ਗਿਆ ਹੁਣ ਲੱਗ ਗਿਆ ਜੀ ਲੱਗ ਗਿਆ ਮੰਨਣ ਵਾਲੀ ਗੱਲ ਦੇਖੋ ਹੀ ਤੁਹਾਡੀਆਂ ਗੱਲਾਂ ਅੱਜ ਤੋਂ ਸਾਲ 2 ਸਾਲ ਪਹਿਲਾਂ ਜਿਹੜੀਆਂ ਅੱਜ ਸੱਚ ਸਾਬਤ ਹੋ ਰਹੀਆਂ ਬਿਲਕੁਲ ਉਸੇ ਤਰ੍ਹਾਂ ਦੇਖੋ ਜੋ ਜੋ ਨਜ਼ਰ ਆਉਂਦਾ ਉਹ ਉਸੇ ਤਰ੍ਹਾਂ ਹੀ ਹੈ ਨਾ ਉਹ ਉਸੇ ਤਰ੍ਹਾਂ ਹੀ ਹੈ ਚਲੋ ਠੀਕ ਹੋ ਗਿਆ ਨਦੀਮ ਸਾਹਿਬ ਬਹੁਤ ਮਿਹਰਬਾਨੀ ਜੀ ਤੁਸੀਂ ਆਪਾਂ ਟਾਡੀ ਮਿਹਰਬਾਨੀ ਜੀ ਤੁਸੀਂ ਅੱਜ ਆਏ ਮਿਹਰਬਾਨੀ ਟਾਡੀ ਮਿਹਰਬਾਨੀ ਓਕੇ ਜੀ ਅੱਲਾ